अपने बेबाक अंदाज के चलते अक्सर चर्चा में रहने वाली पंजाबी गायिका अनमोल गगन मान सुर्खियों में हैं। दरअसल पंजाबी गायिका अनमोल गगन मान सोमवार को आम आदमी पार्टी में शामिल हो गई हैं। बता दें कि इस मौके पर संगरूर सांसद भगवंत मान, हरपाल चीमा और आपके कई विधायक मौजूद रहे। पार्टी में शामिल होते ही गगन ने बताया कि जिस नेक इरादे से आम आदमी पार्टी बनाई गई है, उसी नेक इरादे से वो पार्टी में शामिल हो रही हैं। उनका मकसद है राष्ट्रीय सेवा में समर्पित होना। ਸਭ ਤੋਂ ਵੱਡੀ ਉਦਾਹਰਨ ਜੇ ਮੈਂ ਦਊਂਗਾ, ਅਰਵਿੰਦ ਕੇਜਰੀਵਾਲ ਜੀ IRS ਆਫਿਸਰ ਸੀਗੇ ਇਨਕਮ ਟੈਕਸ ਦੇ ਵਿੱਚ, ਉਹਨਾਂ ਨੇ ਆਪਣੇ ਅਹੁਦੇ ਤਿਆਗ ਕੇ ਸਾਰੇ ਅਤੇ ਉਹਨਾਂ ਨੇ ਸੰਘਰਸ਼ ਕਰਨ ਦਾ ਲੋਕਾਂ ਲਈ ਫੈਸਲਾ ਕੀਤਾ। ਅੱਜ ਮੁੱਖ ਮੰਤਰੀ ਨੇ ਦਿੱਲੀ ਦੇ ਮਨੀਸ਼ ਸਿਸੋਦੀਆ ਜੀ ਬੜੇ ਵੱਡੇ ਪੱਤਰਕਾਰ ਸੀਗੇ ਅਤੇ ਉਹਨਾਂ ਨੇ ਆਪਣੀ ਸ਼ਾਇਦ ਅੱਜ ਜੇ ਉਹ ਹੁੰਦੇ ਅੱਜ ਪੱਤਰਕਾਰ ਤਾਂ ਕਿਸੇ ਨਾ ਕਿਸੇ ਚੈਨਲ ਦੇ ਉੱਚੀ ਬਣੀ ਹੁੰਦੇ ਅਤੇ ਉਹਨਾਂ ਨੇ ਵੀ ਆਪਣੀ ਪੱਤਰਕਾਰੀ ਜਿਹੜੀ ਆ ਉਹਦਾ ਕਰੀਅਰ ਛੱਡ ਕੇ ਲੋਕਾਂ ਦੇ ਨਾਲ ਖੜਨ ਦਾ ਫੈਸਲਾ ਕੀਤਾ। ਜੋ ਡਿਪਟੀ ਮੁੱਖ ਮੰਤਰੀ ਨੇ ਅਤੇ ਇੱਕ ਇਨਕਲਾਬੀ ਸਿੱਖਿਆ ਮੰਤਰੀ ਤੌਰ 'ਤੇ ਉਹਨਾਂ ਨੂੰ ਜਾਣਿਆ ਜਾਂਦਾ। ਅੱਗੇ ਜੇ ਗੱਲ ਕਰੀਏ ਰਾਖੀ ਬਿਰਲਾ, ਉਹ ਵੀ ਰਾਮਲੀਲਾ ਗਰਾਊਂਡ ਦੇ ਵਿੱਚ ਜਦੋਂ ਅੰਨਾ ਹਜ਼ਾਰੇ ਮੂਵਮੈਂਟ ਚੱਲ ਰਹੀ ਸੀ ਉਹਦੀ ਕਵਰੇਜ ਕਰਨ ਆਈ ਸੀ ਇੱਕ ਚੈਨਲ ਵੱਲੋਂ, ਪ੍ਰਾਈਵੇਟ ਚੈਨਲ ਵੱਲੋਂ, ਅਤੇ ਉਹ ਸਾਨੂੰ ਇੰਨਾ ਵਧੀਆ ਲੱਗਿਆ ਪਾਰਟੀ ਦਾ ਜਿਹੜਾ ਉਹ ਸੰਘਰਸ਼ ਜਿਹਾ ਲੋਕਾਂ ਦਾ ਜਿਹੜਾ ਸਤਿਕਾਰ ਕਿ ਉਹ ਪਾਰਟੀ 'ਚ ਉਹਨੂੰ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਬਾਅਦ ਜਦੋਂ ਬਣੀ। ਅੱਜ ਉਹ ਤੀਜੀ ਵਾਰ MLA ਹੈ ਅਤੇ ਲਗਾਤਾਰ ਦੂਜੀ ਵਾਰ ਉਹ ਪੰਜਾਬ ਦਿੱਲੀ ਦੀ ਵਿਧਾਨ ਸਭਾ ਦੀ ਡਿਪਟੀ ਸਪੀਕਰ। ਸੋ ਹਰ ਵਰਗ ਤੋਂ ਭਾਵੇਂ ਉਹ ਵਕੀਲ ਹੋਣ, ਭਾਵੇਂ ਉਹ ਕਲਾਕਾਰ ਹੋਣ, ਭਾਵੇਂ ਉਹ ਕੋਈ ਵੈਸੇ ਯੂਥ ਹੋਵੇ, ਆਪਣੀਆਂ ਪੜ੍ਹਾਈਆਂ ਛੱਡ ਕੇ ਬਹੁਤ ਸਾਰੇ ਆਏ ਨੇ। ਸੋ ਹਰ ਵਰਗ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਦੇ ਰੂਪ 'ਚ ਦੇਖਦਾ। ਉਸੇ ਸਿਲਸਿਲੇ 'ਚ ਅੱਜ ਅਜੇ ਲਿਬੜਾ ਜਿਹੜੇ ਕਿ ਯੂਥ ਦੇ ਅਕਾਲੀ ਦਲ ਦੇ ਲੀਡਰ ਸੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਇਹ ਆਪ ਦੱਸਣਗੇ ਕਿ ਕਿਹੜੇ ਕਿਹੜੇ ਕਾਰਨ ਸੀ ਕਿ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਨਾਲ ਆ ਕੇ ਸੰਘਰਸ਼ ਲੜਨ ਦਾ ਫੈਸਲਾ ਕੀਤਾ। ਅਨਮੋਲ ਗਗਨ ਮਾਨ ਕਾਫੀ ਸਾਲਾਂ ਤੋਂ ਪੰਜਾਬੀਆਂ ਦੇ, ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਜਿਹੜੇ ਦਿਲਾਂ 'ਤੇ ਰਾਜ ਕਰ ਰਹੇ ਨੇ, ਆਪਣੇ ਗੀਤਾਂ ਰਾਹੀਂ ਵੀ, ਸਟੇਜ 'ਤੇ ਵੈਸੇ ਵੀ, ਜਾਂ ਆਪਣੇ ਸੋਸ਼ਲ ਮੀਡੀਆ ਰਾਹੀਂ ਵੀ, ਸਮੇਂ ਸਮੇਂ 'ਤੇ ਜੋ ਸਮਾਜ ਦੇ ਵਿੱਚ ਘਟਨਾਵਾਂ ਹੁੰਦੀਆਂ ਨੇ ਕੋਈ। ताज़ा अपडेट्स व बड़ी खबरों के लिए सब्सक्राइब करें आज प्रकाश टीवी और बेल आइकन दबाना न भूलें।